ਐਸੀ ਭਿਆਨਕ ਟੱਕਰ ਕਿ ਦੋ ਪਾੜ ਹੋ ਗਿਆ ਟਰੈਕਟਰ, ਗੱਡੀ ਦਾ ਵੀ ਹਾਲ ਬੇਹਾਲ, 6 ਜਣੇ ਪਹੁੰਚੇ ਹਸਪਤਾਲ। ਤਾਂ ਰੱਬ ਕਰੋ ਇੱਕ ਪਰਿਵਾਰ ਗੱਡੀ 'ਚ ਸਵਾਰ ਹੋ ਕੇ ਮੱਥਾ ਟੇਕਣ ਆ ਰਿਹਾ ਸੀ, ਟਰੈਕਟਰ ਟਰਾਲੀ ਦੇ ਨਾਲ ਆਮੋ ਸਾਹਮਣੀ ਟੱਕਰ ਹੁੰਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦੇ ਵਿੱਚ ਬੈਠੇ ਸਾਰੇ ਲੋਕ ਜ਼ਖਮੀ ਹੋ ਗਏ ਅਤੇ ਟਰੈਕਟਰ ਸਵਾਰ ਦਾ ਤਾਂ ਹਾਲ ਹੀ ਨਾ ਪੁੱਛੋ। ਤਾਂ ਦੱਸ ਦਈਏ ਕਿ ਟਰੈਕਟਰ ਦੇ ਦੋ ਪਾੜ ਹੋ ਗਏ ਨੇ, ਟੱਕਰ ਕਿੰਨੀ ਭਿਆਨਕ ਹੋਏਗੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਤਸਵੀਰਾਂ ਦੇਖ ਕੇ ਲਗਾ ਸਕਦੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅਬੋਹਰ ਦੇ ਸੀਤੋ ਰੋਡ ਦੀਆਂ, ਜਿੱਥੇ ਪਿੰਡ ਦੁੱਤਰਾ ਵਾਲੀ ਦੇ ਵਿਖੇ ਇੱਕ ਟਰੈਕਟਰ ਅਤੇ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ। 6 ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਇਹਨਾਂ ਦੇ ਵਿੱਚੋਂ ਕੁਝ ਨੂੰ ਰੈਫਰ ਵੀ ਕਰ ਦਿੱਤਾ ਗਿਆ ਹੈ। ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿੱਡਾ ਭਿਆਨਕ ਇਹ ਹਾਦਸਾ ਹੋਇਆ ਹੈ। ਦਰਅਸਲ ਤੁਹਾਨੂੰ ਦੱਸ ਦਈਏ ਕਿ ਇੱਕ ਪਰਿਵਾਰ ਧਾਰਮਿਕ ਸਥਾਨ 'ਤੇ ਮੱਥਾ ਟੇਕ ਕੇ ਆਪਣੇ ਘਰ ਵਾਪਸੀ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਤਾਂ ਦੱਸ ਦਈਏ ਕਿ ਜਿਹੜਾ ਕਿਸਾਨ ਹੈ ਉਹ ਸਰੋਂ ਵੇਚ ਕੇ ਟਰਾਲੀ ਆਪਣੀ ਟਰੈਕਟਰ ਟਰਾਲੀ 'ਤੇ ਸਵਾਰ ਹੋ ਕੇ ਘਰ ਵਾਪਸ ਜਾ ਰਿਹਾ ਸੀ, ਉਹ ਵੀ ਤਾਂ ਆਮੋ ਸਾਹਮਣੀ ਟੱਕਰ ਹੁੰਦੀ ਹੈ। ਟੋਲ ਪਲਾਜ਼ੇ ਦੇ ਨੇੜੇ ਇਹ ਹਾਦਸਾ ਹੋਇਆ। ਕਾਰ ਚਾਲਕ ਨੂੰ ਨੀਂਦ ਆ ਗਈ ਸੀ, ਝਪਕੀ ਲੱਗਦੇ ਹੀ ਕਾਰ ਹੈ ਜਿਹੜੀ ਸਿੱਧਾ ਜਾ ਕੇ ਟਰੈਕਟਰ ਦੇ ਵਿੱਚ ਵੱਜਦੀ ਹੈ, ਜਿਸ ਕਰਕੇ ਟਰੈਕਟਰ ਦੋ ਪਾੜ ਹੋ ਜਾਂਦਾ ਹੈ। ਦਰਅਸਲ ਗੱਡੀ ਚਲਾਉਣ ਵਾਲੇ ਨੂੰ ਨੀਂਦ ਆ ਗਈ ਸੀ, ਧਾਰਮਿਕ ਥਾਂ 'ਤੇ ਮੱਥਾ ਟੇਕ ਕੇ ਘਰ ਵਾਪਸ ਆ ਰਿਹਾ ਸੀ, ਉਸ ਨੂੰ ਨੀਂਦ ਆ ਗਈ ਅਤੇ ਇਹ ਹਾਦਸਾ ਹੋ ਗਿਆ। ਰਾਤ 11:30 ਦੇ ਕਰੀਬ ਸਾਨੂੰ 112 ਤੋਂ ਕੋਲ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਥੇ ਐਕਸੀਡੈਂਟ ਹੋਇਆ ਟਰੈਕਟਰ ਅਤੇ ਕਾਰ ਦਾ। ਕਾਰ ਵਾਲੇ ਰਾਏ ਸਿੰਘ ਨਗਰ ਰਾਜਸਥਾਨ ਦੇ ਸੀ, ਜਿਹਦੇ ਜਗਵੀਰ ਸਿੰਘ ਸਾਨੂੰ ਸਤਪਾਲ ਸਿੰਘ ਸੀਗੇ, ਜਿਹੜਾ ਨੀਂਦ ਦੀ ਚੱਕੀ ਆਉਣ ਕਰਕੇ ਅਤੇ ਉਹਨਾਂ ਦਾ ਟਰੈਕਟਰ ਦੇ ਵਿੱਚ ਟੱਕਰ ਹੋ ਗਈ। 6 ਦੇ 6 ਜਿਹੜੇ ਹੈਗੇ ਸੀਗੇ ਉਹਨਾਂ ਜ਼ਖਮੀ ਨੇ, ਗੰਭੀਰ ਜ਼ਖਮੀ ਨੇ, ਅਤੇ ਟਰੈਕਟਰ ਵਾਲੇ ਥੋੜ੍ਹੇ ਠੀਕ ਨੇ ਅਤੇ ਉਹਨਾਂ ਨੂੰ ਰੈਫਰ ਕੀਤਾ ਗਿਆ ਅਤੇ ਹੁਣ SSA ਦੀ ਟੀਮ ਸੜਕ ਕਲੀਅਰ ਕਰਵਾ ਰਹੀ ਹੈ। ਕਾਰ ਵਾਲੇ ਰਾਏ ਸਿੰਘ ਨਗਰ ਰਾਜਸਥਾਨ ਦੇ ਸੀ, 6 ਜਣੇ ਸੀ, ਤਲ 6 ਸੀਗੇ ਅਤੇ ਟਰੈਕਟਰ ਵਾਲੇ ਸੀ ਉਹ ਦੁਤਾਰਾ ਵਾਲੀ ਪਿੰਡ ਦੇ ਸੀ। ਅਸੀਂ ਅਬੋਹਰ ਤੋਂ ਸਰੋਂ ਵੇਚ ਕੇ ਆਪਣੇ ਪਿੰਡ ਦੁਤਾਰੇਆਲੀ ਨੂੰ ਜਾ ਰਹੇ ਸੀ ਅਤੇ ਰਸਤੇ 'ਚ ਜਦੋਂ ਟੋਲ ਕਰੋਸ ਕੀਤਾ ਹੈ ਨਾ, ਉਸ ਤੋਂ ਬਾਅਦ ਸਾਹਮਣੋਂ ਗੱਡੀ ਆ ਰਹੀ ਸੀ ਜਿਹੜੀ HR ਨੰਬਰ ਹੈ ਉਹ ਪਿਛਲੇ ਟਾਇਰ ਦੇ ਵਿੱਚ ਆ ਕੇ ਵੱਜੀ ਹੈ, ਜਿਹੜੀ ਕਿ ਉਹਨਾਂ ਨੂੰ ਨੀਂਦ ਆ ਗਈ ਸੀ ਤਾਂ ਕਰਕੇ ਇਹ ਹਾਦਸਾ ਵਾਪਰ ਗਿਆ। ਸੱਟਾਂ ਮੇਰੇ ਇੱਥੇ ਗੋਡੇ 'ਤੇ ਹੈ, ਇੱਥੇ ਪਿੱਛੇ ਹੈਗੀ ਹੈ, ਬਾਂਹ 'ਤੇ ਹੈ ਅਤੇ ਇਹਦੇ ਅੰਮ੍ਰ ਦੇ ਪਿੱਛੇ ਲੱਗੀ ਹੈ। ਟਰੈਕਟਰ ਟਰਾਲੀ 'ਤੇ ਜਾ ਰਹੇ ਸੀ, ਦੋਨਾਂ ਦਾ ਨੁਕਸਾਨ ਹੈ ਜੀ, ਗੱਡੀ ਦਾ ਵੀ ਬਹੁਤ ਨੁਕਸਾਨ ਹੈ ਅਤੇ ਟਰੈਕਟਰ ਦੇ ਵੀ ਜਿਵੇਂ ਵਿਚਾਲੋਂ 2 ਹੋ ਗਏ ਕਿਉਂਕਿ ਸਪੀਡ ਓਵਰ ਸੀਗੀ ਤਾਂ ਕਰਕੇ ਅਸੀਂ ਘੱਟੋ ਘੱਟੋ ਉੱਥੇ 5 ਤੋਂ 6 ਫੁੱਟ ਉੱਚੇ ਡਿੱਗੇ ਹਾਂ ਫਿਰ ਥੱਲੇ ਡਿੱਗੇ ਹਾਂ। ਵਰਤੀ ਜਿਵੇਂ ਹੈਗੇ ਹੈ ਭਰਾ ਹੈਗੇ ਅਰਸ਼ ਜੁਨੀਦ, ਇਹ ਲੈ ਕੇ ਆਏ ਸੀ ਅਤੇ ਉਹਨਾਂ ਨੇ ਲਿਆ ਕੇ ਕਰਵਾਉਣਾ ਸੀ।